ਜਸਵੰਤ ਸਿੰਘ ਕਵਲਦੀ ਕਹਾਣੀ ਮੁਖਤਾਰਾ ਹਵਾਲदार ਨੇ ਥਾਣੇਦਾਰ ਗੁਰਕੀਰਤ ਨੂੰ ਹਵਾਸੇ ਚਿਹਰੇ ਨਾਲ ਆ ਆਖਿਆ ਜਨਾਬ ਕਮਾਲ ਹੋ ਗਈ ਕੀ ਹੋ ਗਿਆ ਬੜਾ ਘਬਰਾਇਆ ਥਾਣੇਦਾਰ ਵੀ ਉਹਨੂੰ ਵੇਖ ਕੇ ਹੈਰਾਨ ਹੋਇਆ ਜੀ ਤੇਜਾ ਤੇਜਾ ਖੜਕੂ ਆਇਆ ਤੁਹਾਨੂੰ ਮਿਲਣਾ ਚਾਹੁੰਦਾ ਹੈ ਕਮਰੇ 'ਚ ਉਹਨਾਂ ਦੋਹਾਂ ਤੋਂ ਬਿਨਾਂ ਕੋਈ ਨਹੀਂ ਸੀ ਪਰ ਹਵਾਲदार ਨੇ ਨੀਵਾ ਹੁੰਦਿਆਂ ਸਹਿਜ ਨਾਲ ਦੱਸਿਆ ਜਿਵੇਂ ਨੇੜੇ ਪਰੇ ਹੀ ਗੋਲੀ ਛੂਕਣ ਵਾਲੀ ਸੀ ਉਹ ਤੇਜਾ ਹਰਾਨੀ ਥਾਣੇਦਾਰ ਨੂੰ ਵੀ ਚੜ ਗਈ ਏਰੀਆ ਕਮਾਂਡਰ ਤੇਜਾ ਜੀ ਆਇਆ ਤਾਂ ਖੈਰ ਨਹੀਂ ਹਵਾਲਦਾਰ ਜੀ ਤੇਜਾ ਨਹੀਂ ਕੋਈ ਉਹਦਾ ਭੁਲੇਖਾ ਦੇ ਕੇ ਥਾਣਾ ਹੀ ਨਾ ਉਡਾਣਾ ਗਿਆ ਹੋਵੇ ਇਹਨਾਂ ਦਾ ਵਸਾਹ ਕੋਈ ਨਹੀਂ ਇੱਕ ਵਾਰ ਤਾਂ ਗੁਰਕੀਰਤ ਦੇ ਲੂਂ ਖੜੇ ਹੋ ਗਏ ਤਸੱਲੀ ਕਰ ਲਈ ਸੀ ਜਨਾਬ ਜਾਮਾਂ ਤਲਾਸ਼ੀ ਲੈ ਲਈ ਸੀ ਉਸ ਕੋਲ ਕੁਝ ਨਹੀਂ ਤੇ ਆਖਦਾ ਮੈਂ ਕੋਈ ਛਲ ਨਿਕਲੂ ਉਹਦੀਆਂ ਸਾਫ਼ ਤੇ ਸਪਸ਼ਟ ਗੱਲਾਂ ਤੋਂ ਨਹੀਂ ਲੱਗਦਾ ਕੋਲੇ ਬਲੈਕ ਨਾਈਟ ਦੀ ਬੋਤਲ ਹੈ ਹਵਾਲਦਾਰ ਹੱਥ ਖੜੇ ਕਰ ਗਿਆ ਅੰਦਰ ਦੇ ਦੇ ਦੀ ਉਹ ਨਹੀਂ ਜਿਹੜਾ ਇੰਨਾ ਵੱਡਾ ਜੇਰਾ ਕਰਕੇ ਆਇਆ ਕੋਈ ਗੱਲ ਜ਼ਰੂਰ ਹੈ ਵਿਸਕੀ ਦੀ ਬੋਤਲ ਸਾਲਾ ਕੋਈ ਕਾਰਾ ਕਰਨ ਨੂੰ ਫਿਰਦਾ ਹੋਵੇ ਥਾਣੇਦਾਰ ਦਾ ਮਨ ਨਹੀਂ ਖੜਦਾ ਸੀ ਉਹਦੀਆਂ ਸੋਚਾਂ ਨੂੰ ਕੋਈ ਰਾਹ ਹੀ ਨਹੀਂ ਮਿਲ ਰਿਹਾ ਸੀ ਖੈਰ ਤੂੰ ਉਹਨੂੰ ਲੈ ਆ ਫੋਲੀਏ ਤਾਂ ਸਹੀ ਹਾਲਦਾਰ ਵਾਪਸ ਮੁੜ ਗਿਆ ਥਾਣੇਦਾਰ ਆਪਣੇ ਕੁਆਟਰ ਦੇ ਵਿਹੜੇ 'ਚ ਧੜਕਦੇ ਦਿਲ ਨਾਲ ਬਚੈਨ ਫਿਰ ਰਿਹਾ ਸੀ ਉਹ ਕੁਆਟਰ 'ਚ ਇਕੱਲਾ ਸੀ ਬਾਲ ਬੱਚੇ ਨਾਨਕੇ ਗਏ ਸੀ ਉਹ ਸੋਚ ਰਿਹਾ ਸੀ ਬੜੀ ਅਜੀਬ ਗੱਲ ਹੈ ਤੇਜਾ ਸਿੰਘ ਹੀ ਥਾਣੇ ਆ ਗਿਆ ਉਹਦੀ ਜੁਰਤ ਤੇ ਦਲੇਰੀ ਨੂੰ ਮੰਨਣਾ ਪਏਗਾ ਵੇੜੇ ਦਾ ਕੁੰਡਾ ਖੜਕ ਪਿਆ ਹਾਂ ਹਵਾਲਦਾਰ ਸਿਆਣਾ ਹੈ ਉਹ ਸੌਣ ਦੀ ਬਿੜਕ ਦੇ ਦਿੱਤੀ ਹਵਾਲਦਾਰ ਨਾਲ ਛਿੰਟ ਕੇ ਜਿਆ ਜੁੱਸੇ ਵਾਲਾ ਉੱਚਾ ਲੰਮਾ ਜਵਾਨ ਖਲੋਤਾ ਸੀ ਸਾਲਾ ਇੱਕ ਚਪੇੜ ਦੀ ਮਾਰਨੀ ਹੁਣ ਲੋਕਾਂ 'ਚ ਸਹਿਮ ਕਿੰਨਾ ਛਾਇਆ ਹੋਇਆ ਸਤਿ ਸ੍ਰੀ ਅਕਾਲ ਜਨਾਬ ਉਸ ਹੱਥ ਜੋੜ ਕੇ ਟੋਰ ਨਾਲ ਫਤਿਹ ਬੁਲਾਈ ਸਤਿ ਸ੍ਰੀ ਅਕਾਲ ਵੀ ਜਵਾਨਾ ਵੈਲਕਮ ਗੁਰਕੀਰਤ ਦੀ ਮੁਸਕਾਨ ਨੇ ਉਹਦਾ ਸਵਾਗਤ ਕੀਤਾ ਮੈਂ ਖੁੱਲੇ ਦਿਲ ਨਾਲ ਗੱਲ ਕਰਨ ਆਇਆ ਖਾਲਸਾਤਨ ਬਹੁਤ ਦੂਰ ਹੋ ਗਿਆ ਮੈਂ ਮੋੜਾ ਪਾ ਲਿਆ ਮੁਖਤਾਰਾਵਲ ਚੰਗਾ ਹੋਵੇ ਅਸੀਂ ਇਕੱਲੇ ਗੱਲ ਕਰੀਏ ਤੇਜਾ ਸਿੰਘ ਬਿਨਾਂ ਭੈ ਸਿੱਧੀ ਗੱਲ ਕਰਨ ਤੇ ਆ ਗਿਆ ਸੀ ਥਾਣੇਦਾਰ ਨੇ ਜਾਂਦੇ ਹੌਲਦਾਰ ਕੋਲ ਆ ਕੇ ਸਹਨਤ ਮਲਾਈ ਬਿੜਕ ਰੱਖੀ ਤੇ ਵੇਸਲਾ ਨਹੀਂ ਹੋਣਾ ਹੌਲਦਾਰ ਤਸੱਲੀ ਦੇ ਕੇ ਤੁਰ ਗਿਆ ਮੈਨੂੰ ਤੇਰੇ ਆਉਣ ਦਾ ਤੇਜਾ ਸਿੰਘ ਅਸਚਰਜ ਮੁੱਕਾ ਨਹੀਂ ਥਾਣੇਦਾਰ ਸਿਰ ਮਾਰੀ ਜਾ ਰਿਹਾ ਸੀ ਬਾਦਸ਼ਾਹ ਉਸ ਚਰਜਾ ਨੂੰ ਮਾਰੋ ਗੋਲੀ ਮੈਂ ਸਾਰੇ ਭੁਲੇਖੇ ਭਗਾ ਕੇ ਆਇਆ ਉਸ ਵਿਸਕੀ ਦੀ ਬੋਤਲ ਲੱਕ ਚੋਂ ਖਿੱਚ ਲਈ ਅੱਜ ਰੱਜ ਕੇ ਪੀਣੀ ਹੈ ਰੱਜ ਕੇ ਸੌਣਾ ਹੈ ਸਾਲਾਂ ਦਾ ਉਹ ਨੀਂਦਰਾ ਲਾਉਣਾ ਹੈ ਗੁਰਕੀਰਤ ਗੋਹ ਨਾਲ ਤਾੜਦਾ ਤੇ ਜਿਹਨੂੰ ਬੈਠਕ ਵਿੱਚ ਲਿਆਇਆ ਤੇ ਜਿਹਨੇ ਬੋਤਲ ਤਪਾਈ ਤੇ ਰੱਖਤੀ ਥਾਣੇਦਾਰ ਦੇ ਇਸ਼ਾਰੇ ਤੇ ਉਹਦਾ ਮੁੰਡੂ ਗਲਾਸ ਤੇ ਪਾਣੀ ਵਾਲਾ ਜੱਗ ਰੱਖ ਗਿਆ ਹੁਣ ਸਬਰ ਨਹੀਂ ਹੁੰਦਾ ਤੇ ਜਿਹਨੇ ਕਾਕ ਮਰੋੜ ਸੁੱਟਿਆ ਤੁਸੀਂ ਸੁੱਕੇ ਹੀ ਰਹੋਗੇ ਮੈਨੂੰ ਸਰੋਤ ਹੈ ਤੁਸੀਂ ਪੀਂਦੇ ਨਹੀਂ ਉਸ ਡਬਲ ਪੈਗ ਪਾ ਕੇ ਇੱਕ ਵਾਰੀ ਪੀ ਲਿਆ ਤੁਹਾਡੀ ਜੱਥੇਬੰਦੀ ਚ ਤਾਂ ਪੀਣ ਦੀ ਸਖਤ ਮਨਾਹੀ ਹੈ ਥਾਣੇਦਾਰ ਨੇ ਸਵਾਲ ਖੜਾ ਕਰ ਲਿਆ ਮੈਂ ਜੱਥੇਬੰਦੀ ਨੂੰ ਲੱਤ ਮਾਰ ਆਇਆ ਕੋਈ ਮਨਾਹੀ ਨਹੀਂ ਸਭ ਚੱਲਦਾ ਹੈ ਤੈਨੂੰ ਕੋਈ ਪਛਤਾਵਾ ਨਹੀਂ ਕੋਈ ਪਛਤਾਵਾ ਨਹੀਂ ਹੁਣ ਤਾਂ ਮੌਤ ਸਾਹਮਣੇ ਸੀ ਅਜਾਈ ਮਰਨਾ ਮੂਰਖਤਾ ਹੈ ਉਸ ਦੂਜਾ ਪੈਗ ਪਾ ਲਿਆ ਮੈਂ ਬੰਦਾ ਘੱਲ ਕੇ ਐਸਪੀ ਆਪਰੇਸ਼ਨ ਨਾਲ ਸਿੱਧੀ ਗੱਲ ਕਰ ਲਈ ਮੇਰਾ ਮੁਖਤਾਰਾ ਚਾਉਣ ਦਾ ਸੌਦਾ ਤੈਹ ਹੋ ਚੁੱਕਾ ਹੈ ਤੁਹਾਡੇ ਕੋਲੋਂ ਕੋਈ ਲੁਕ ਨਹੀਂ ਉਸ ਦੂਜਾ ਪੈਗ ਚੜ ਲਿਆ ਵੇਖੋ ਬਾਦਸ਼ਾਹ ਗੰਗਾ ਵਗਦੀ ਹੈ ਤੁਸੀਂ ਵੀ ਨਹਾ ਲਓ ਗੁਰਕੀਰਤ ਉਹਦੇ ਨਸ਼ਈ ਹੋ ਜਾਣ ਤੇ ਮੁਸਕਾ ਪਿਆ ਨੇਰਾ ਹੁੰਦਾ ਵੇਖ ਉਸ ਬਿਜਲੀ ਬਾਲਤੀ ਮੈਨੂੰ ਕਿਹੜੀ ਗੰਗਾ ਚ ਨਹਾਉਣ ਲੱਗਾ ਉਸ ਮਹਿਸੂਸ ਕਰ ਲਿਆ ਹੁਣ ਜ਼ਰੂਰ ਕੋਈ ਸੂ ਦੇਗਾ ਤੇ じゃ ਗੱਲ ਕਰਨ ਵਾਸਤੇ ਹੀ ਪੀ ਕੇ ਆਪੇ ਨੂੰ ਤਿਆਰ ਕਰ ਰਿਹਾ ਸੀ ਮੈਂ ਕੀਰਤਾ ਤੈਨੂੰ ਸੱਚਮੁੱਚ ਬਾਦਸ਼ਾਹ ਬਣਾ ਸਕਦਾ ਇਕਦਮ ਡੀਐਸਪੀ ਅਜੇ ਆ ਕਿਹੜਾ ਗੁਰਮੰਤਰ ਹੈ ਤੇਰੇ ਕੋਲ ਗੁਰਕਿਰਤ ਸੰਜੀਦਾ ਤੇ ਚੇਤਨ ਹੋ ਗਿਆ ਪੱਕਾ ਗੁਰਮੰਤਰ ਜਿਹੜਾ ਫੇਲ ਨਾ ਹੋਵੇ ਠਹਿਰ ਮੈਨੂੰ ਘੁੱਟ ਹੋਰ ਪੀ ਲੈਣ ਦੇ ਉਹ ਠੜਕਦੇ ਮਨ ਨੂੰ ਕਾਬੂ ਕਰਨਾ ਚਾਹੁੰਦਾ ਸੀ ਉਸ ਇੱਕ ਤਗੜਾ ਪੈਗ ਹੋਰ ਪੀ ਲਿਆ ਉਹਨੂੰ ਤਰੋਟ ਮਹਿਸੂਸ ਹੋਈ ਕੀਰਤਾ ਤੂੰ ਬੜਾ ਕੰਜੂਸ ਹੈ achar ਦੀ ਫਾੜੀ ਕੋਈ ਗੰਡਾ ਲੂਣ ਦੀ ਡਲੀ ਸਈ ਕਲਜਾ ਵੱਡੀ ਦਾ ਏ ਤੇਰਾ ਲੂਣ ਖਾ ਕੇ ਹਲਾਲ ਕਰੂੰਗਾ ਤੈਨੂੰ ਮੈਂ ਤਾਰਨ ਆਇਆ ਥਾਣੇਦਾਰ ਨੇ ਉਹਨੂੰ ਨਮਕੀਨ ਭੁਜਿਆ ਮੰਗਵਾ ਦਿੱਤਾ। ਉਹਦੇ ਪੈਰ ਛੱਡ ਕੇ ਗੱਲ ਕਰਨ ਦਾ ਉਸ ਬੁਰਾ ਨਾ ਮਨਾਇਆ। ਉਹ ਡੀਐਸਪੀ ਬਣਨ ਵਾਲਾ ਪੱਕਾ ਗੁਰਮੰਤਰ ਗੁਰਕੀਰਤ ਨੇ ਗੱਲ ਰੜਕਾਈ। ਉਹ ਜੀ ਬਾਸ਼ ਏਉਂ ਐ। ਸਾਡੀ ਜਥੇਬੰਦੀ ਦੀ ਕੱਲ ਰਾਤ ਨੂੰ ਮੀਟਿੰਗ ਐ। ਗੱਦਾਰਾਂ ਦਾ ਘੋਗਾ ਚਿਤ ਕਰਨ ਬਾਰੇ। ਮੈਨੂੰ ਅੱਜ ਹੀ ਸ੍ਰੋ ਮਿਲੀ ਐ। ਐਸਪੀ ਨਾਲ ਠਾਬਾ ਹੋਈ ਐ। ਬਸ ਉਹਨੂੰ ਪਤਾ ਭੇਜਣਾ ਹੀ ਬਾਕੀ ਐ। ਸਾਲਾ ਨਸ਼ਾ ਕਿਉਂ ਨਹੀਂ ਚੜ ਰਿਹਾ? ਬੋਤਲ ਜ਼ਰੂਰ ਲੱਗੀ ਹੋ। ਉਮੜ ਗਲਾਸ ਪਾਉਣ ਲੱਗ ਪਿਆ ਮੈਂ ਕਿਹਾ ਤੁਸੀਂ ਗੁਰਮੁਖ ਆਦਮੀ ਹੋ ਤੁਹਾਡਾ ਵਗਦੀ ਗੰਗਾ ਚ ਇੱਕ ਚੋਬਾ ਲਵਾ ਦੀ ਯਾਦ ਕਰੋਗੇ ਸਰਦਾਰ ਤੇਜਾ ਸਿੰਘ ਬੱਲੇ ਬੱਲੇ ਤੇਰੀ ਮਿਹਰਬਾਨੀ ਗੁਰਕੀ ਰਤਨੇ ਉਹਦੀ ਪ੍ਰਸ਼ੰਸਾ ਆਰੰਭ ਦਿੱਤੀ ਬਸ ਸੁੱਕੀ ਮਿਹਰਬਾਨੀ ਨਹੀਂ ਤੂੰ ਮਨਮਰਜ਼ੀ ਦੀ ਗਿੱਲੀ ਕਰ ਲੈ ਥਾਣੇਦਾਰ ਨੇ ਹਲਾਸ਼ੇਰੀ ਦਿੱਤੀ ਗਿੱਲੀ ਤਾਂ ਫਿਰ ਐਉਂ ਹੁੰਦੀ ਹੈ ਤੂੰ ਬਣ ਡਿਪਟੀ ਮੀਟਿੰਗ ਤੇ ਛਾਪਾ ਮਾਰ ਕੇ ਤੇ ਮੈਨੂੰ ਫੀਮ ਵੇਚ ਕੇ ਬਾਦਸ਼ਾਹ ਬਣੰਦੇ ਤੇ ਜੱਸ ਸਪਸ਼ਟ ਹੀ ਕਹਿ ਗਿਆ ਮੰਜ਼ੂਰ ਮੈਂ ਤੇਰੀ ਹਰ ਤਰ੍ਹਾਂ ਹਿਫਾਜ਼ਤ ਕਰਾਂਗਾ ਉਹ ਸ਼ਰਾਬੀ ਤੇਜੇ ਨੂੰ ਵੇਖ ਕੇ ਮਹਿਸੂਸ ਕਰ ਰਿਹਾ ਸੀ ਕਦੇ ਬੰਦਾ ਕਿੰਨੀ ਬਲੰਦੀ ਤੇ ਹੁੰਦਾ ਹੈ ਪਰ ਜਦੋਂ ਪਰਾਲ ਹੋਣ ਤੇ ਆਉਂਦਾ ਰਹਿੰਦਾ ਹੀ ਕੁਝ ਨਹੀਂ ਵੇਗ ਥਾਣੇਦਾਰਾ ਇੱਕ ਹੱਥ ਨੂੰ ਹੱਥ ਹੈ ਸਿੱਧੀ ਗੱਲ ਪਹਿਲੇ 3 ਮਹੀਨੇ 1000 ਰੁਪਿਆ ਮਹੀਨਾ ਦੇਵਾਂਗਾ ਫਿਰ 2000 ਮਹਾਂਵਾਰੀ ਪੱਕੀ ਚਾਰ ਪੈਸੇ ਆ ਬਿਨਾ ਕੋਈ ਨਹੀਂ ਪੁੱਛਦਾ ਮਾੜਾ ਮੋਟਾ ਘਰ ਸੀ ਤੁਸੀਂ ਲੋਕਾਂ ਢਾ ਛੱਡਿਆ ਕੜੀ ਬਾਲਾ ਗਰੀਬਾਂ ਬਾਲ ਲਿਆ ਹੁਣ ਮੂੰਹ ਮੱਥਾ ਤਾਂ ਸਵਾਰ ਲੈਣ ਦਿਓ ਜੀਓ ਤੇ ਜੀਣ ਦਿਓ ਬਾਦਸ਼ਾਹ ਉਹ ਗਰੀਬ ਨੂੰ ਮੈਂ ਬਿਨਾ ਮਾਹਵਾਰੀ ਤੇਰੀ ਮਦਦ ਕਰਾਂਗਾ ਥਾਣੇਦਾਰ ਨੇ ਛਾਤੀ ਨੂੰ ਹੱਥ ਲਾਇਆ ਝੂਟ ਕੋਰਾ ਝੂਟ ਮੈਂ ਪੁਲਿਸ ਤੇ ਇਤਬਾਰ ਨਹੀਂ ਕਰਦਾ ਤੇਰੀ ਬਦਲੀ ਹੋ ਜਾਏ ਫੇਰ ਲੈਣ ਦੇਣ ਦਾ ਸੌਦਾ ਪੱਕਾ ਹੋਣਾ ਚਾਹੀਦਾ ਤੂੰ ਬਦਲੇ ਧੌਣ ਵਾਲੇ ਨੂੰ ਮੇਰੀ ਬਾਹ ਫੜਾ ਜਾਏ ਤੇ ਜਾ ਹਰ ਤਰਾਂ ਤਸੱਲੀ ਚਾਹੁੰਦਾ ਸੀ ਜਿਵੇਂ ਆਖੋ ਉਵੇਂ ਪੱਕੀ ਆਹ ਹੋਈ ਨਾ ਬਾਦਸ਼ਾਹਾਂ ਵਾਲੀ ਗੱਲ ਉਹਨ ਰੋਟੀ ਨਹੀਂ ਖਾਣੀ 10:30 ਵਜ ਗਏ ਆ ਅੱਜ ਖਾਣ ਦੀ ਨਹੀਂ ਪੀਣ ਦੀ ਰੁੱਤ ਐ ਉਹ ਹੋਰ ਪੌਣ ਲੱਗ ਪਿਆ ਤੇ ਜਦ ਸਿਆ ਹੋਸ਼ ਹੈ ਨਾ ਗੁਰਕੀਰਤ ਨੇ ਗੰਭੀਰ ਹੁੰਦਿਆਂ ਪੁੱਛਿਆ ਪੂਰੀ ਬਾਸ਼ਾ ਆਪਣੇ ਸਾਥੀਆਂ ਨਾਲ ਗੱਦਾਰੀ ਦਾ ਅਫਸੋਸ ਉਹਨਾਂ ਸਾਲਿਆ ਹੁਣ ਬਚਣਾ ਨਹੀਂ ਇੱਥੇ ਨਾ ਉੱਥੇ ਮਰੀ ਜਾਣਾ ਤੇ ਜਦ ਥੋੜਾ ਹੰਗਾਰ ਪਿਆ ਇਸ ਅਫਸੋਸ ਦੀ ਗੱਲ ਘੁੱਟਣ ਲਈ ਪੀ ਰਿਹਾ ਬਾਸ਼ਾ ਉਹਨਾਂ ਬਚਣਾ ਨਹੀਂ ਉਹਨਾਂ ਬਚਣਾ ਨਹੀਂ ਅਫਸੋਸਾਂ ਨੂੰ ਸੁਟੋ ਖੂਜ ਇਹ ਗੱਲ ਤੇਰੀ 16 16 ਨਹੀਂ ਸਹੀ ਹੈ ਉਹਨਾਂ ਬਚਣਾ ਬਿਲਕੁਲ ਨਹੀਂ ਤੂੰ ਬਹੁਤ ਚੰਗਾ ਕੀਤਾ ਮੁਖ ਧਾਰਾ ਚ ਆ ਗਿਆ ਸ਼ਾਬਾਸ਼ ਥਾਣੇਦਾਰ ਨੇ ਉਹਦਾ ਮੋਢਾ ਥਾਪੜਿਆ ਨਸ਼ਾ ਖਰਾ ਕਰਨਾ ਹੈ ਤਾਂ ਬਾਹਰ ਚੰਦ ਚਾਨਣੀ ਪੂਰੀ ਖੜੀ ਹੈ ਬਥੇਰੀਆਂ ਚਾਨਣੀਆਂ ਮਿੱਧੀਆਂ ਐ ਤੇਜਾ ਕੁਰਸੀ 'ਚ ਹਲੋਰਾ ਖਾ ਗਿਆ ਚੰਗਾ ਚਲੋ ਬਾਸ਼ਾ ਤੇਰਾ ਜੀ ਨਾਂ ਵਿੱਚ ਰਹਿ ਜਾਏ ਉਹ ਦੋਵੇਂ ਥਾਣੇੋਂ ਬਾਹਰ ਆ ਗਏ ਪੱਕੀ ਸੜਕ ਤੇ ਤੁਰਦਿਆਂ ਵਾਹ ਲੱਗੀ ਤੇਜੇ ਦਾ ਨਸ਼ਾ ਦੂਣਾ ਹੋ ਗਿਆ ਉਦੇ ਪੈਰ ੁਖੜ ੁਖੜ ਜਾਂਦੇ ਸੀ ਲੱਗਦਾ ਬਾਸ਼ਾ ਔਰ ਨਸ਼ਾ ਉੱਤੋਂ ਦੀ ਪੈ ਗਿਆ ਗੁਰਕੀਰਤ ਨੇ ਝੋਟ ਮਾਰੀ ਨਹੀਂ ਬਾਸ਼ਾ ਹੋਵੇ ਤਾਂ ਨਸ਼ੇ ਦੇ ਹੁਲਾਰੇ ਹੈ ਉਹਨਾਂ ਦੋਹਾਂ ਦਾ ਹਾਸਾ ਨਿਕਲ ਗਿਆ 1 ਕਿਲੋਮੀਟਰ ਜਾ ਕੇ ਉਹ ਸੜਕ ਤੋਂ ਕੱਚੇ ਲੈ ਪਏ ਤੇ ਜਾਂ ਧੁੰਦਲ ਵਿੱਚ ਲੁਟਕ ਗਿਆ ਥਾਣੇਦਾਰਾ ਕਿੱਧਰ ਕੁਰਾਹੀ ਲੈ ਤੁਰਿਆ ਬਸ ਸੇਮ ਨਾਲੇ ਤੋਂ ਮੋੜਾਵਾਂਗੇ ਤੂੰ ਚਾਨਣੀ ਦਾ ਸਵਾਦ ਮਾਨ ਸਵਾਦ ਭਾਲ ਦੇ ਭਾਲ ਦੇ ਇੱਥੋਂ ਤੱਕ ਪਹੁੰਚ ਗਏ ਚਲੋ ਤੁਹਾਡਾ ਸਾਥ ਤਾਂ ਹੁਣ ਕਰਨਾ ਹੀ ਹੈ ਤੇਜਾ ਡਿੱਗਦਾ ਡਿੱਗਦਾ ਮਸਾਂ ਬਚਿਆ ਉਹ ਹੌਲੀ ਹੌਲੀ ਟਹਿਲਦੇ ਸੇਮ ਨਾਲੇ ਉੱਤੇ ਆ ਗਏ ਨਾਲੇ ਦੀ ਪੁਲੀ ਇੱਕ ਪਾਸੇ ਉਖੜੀ ਹੋਈ ਸੀ ਹਵਾ ਨਾਲ ਰਾਤ ਸਾਂ ਸਾਂ ਕਰ ਰਹੀ ਸੀ ਜਾਨਵਰਾਂ ਦੀ ਚੁੱਪ ਵੱਟੀ ਹੋਈ ਸੀ ਖਾੜਕੂਆਂ ਦੇ ਡਰ ਕਾਰਨ ਕਿਧਰੋਂ ਵਿੱਚੋਂ ਚਰਾਂ ਨਹੀਂ ਹੋ ਰਹੀ ਸੀ ਫਲਾਂ ਤੇਜਾ ਸਿਆ 2 ਸਾਲ ਹੋਏ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਦੁਆਰੇ ਰਾਤ ਨੂੰ ਇਕੱਠੇ ਹੋਏ ਸੀ ਗੁਰ ਕੀਰਤਨ ਨੂੰ ਯਾਦ ਕਰਾਉਣ ਲਈ ਪੁੱਛ ਗਿਆ ਤਾਨੂੰ ਬਾਸ਼ਾ ਕਿਵੇਂ ਪਤਾ ਬਾਸ਼ਾ ਪੁਲਿਸ ਦੀਆਂ ਅੱਖਾਂ ਕੰਧਾਂ ਦੇ ਪਾਰ ਵੀ ਦੇਖਦੀਆਂ ਹੁੰਦੀਆਂ ਉਸ ਦਿਨ ਕਿੰਨੇ ਜਣੇ ਸੀ ਤੁਸੀਂ ਕੀ ਪ੍ਰਣ ਲਿਆ ਸੀ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰ ਕੀਰਤ ਲੰਮਾ ਸਾਹ ਭਰ ਗਿਆ ਛੱਡੋ ਜੀ ਇਹ ਨੰਗਲਾਂ ਨੂੰ ਜਦੋਂ ਇਹ ਰਾਹੀ ਤਿਆਗ ਦਿੱਤਾ ਪੁੱਛ ਦਸ ਵਿੱਚ ਕੀ ਪਿਆ ਤੇ ਜਿਹਦਾ ਅੰਦਰ ਲਰਜ਼ਾ ਖਾ ਗਿਆ ਨਾ ਬਈ ਮੈਂ ਆਪਣੀ ਸ਼ੱਕ ਦੂਰ ਕਰਨੀ ਚਾਹੁੰਦਾ ਮੈਨੂੰ ਕੋਈ ਗਲਤ ਇਤਲਾਹ ਨਾ ਦੇ ਗਿਆ ਹੋਵੇ ਅਸੀਂ ਪੰਜ ਸਾਂ ਤੇ ਸ਼ਹੀਦ ਹੋਣ ਦਾ ਪ੍ਰਣ ਲਿਆ ਸੀ ਯਾਨੀ ਪੰਜ ਪਿਆਰੇ ਗੁਰੂ ਦੇ ਲਾਡਲੇ ਪਰ ਹੁਣ ਤੂੰ ਕਿੱਥੇ ਖਲੋਤਾ ਬਾਦਸ਼ਾਹ ਮੈਂ ਉਹ ਨਹੀਂ ਰਹਾ ਕਹਿ ਚੁੱਕਾ ਮੁਕਤਾਰਾ ਚ ਆ ਗਿਆ ਤੂੰ ਆਪਣੇ ਸਾਥੀਆਂ ਨਾਲ ਗਦਾਰੀ ਤਾਂ ਨਹੀਂ ਕਰ ਰਿਹਾ ਜਿੱਕਾ ਤੋਂ ਅੱਲੇ ਜ਼ਖਮ ਛੇੜਦੇ ਹੋ ਤੇ ਜਾਨਦਰ ਲਈ ਪੀੜ ਨਾਲ ਕੰਬ ਗਿਆ ਦੇਖ ਬਈ ਤੂੰ ਤੇਜਾ ਸਿਓ ਤੇ ਮੈਂ ਗੁਰਕੀਰਤ ਸਾਡੀਆਂ ਦੇਹਾਂ ਤੋਂ ਬਿਨਾ ਵੀ ਇੱਕ ਆਦਮੀ ਹੁੰਦਾ ਹੈ ਜਿਹੜਾ ਹੱਕ ਸੱਚ ਉੱਤੇ ਪੈਰਾ ਦਿੰਦਾ ਯਾਰ ਹੱਕ ਸੱਚ ਉੱਤੇ ਬਥੇਰੀ ਜਾਨ ਮਾਰ ਕੇ ਵੇਖ ਲਈ ਕੁਝ ਨਹੀਂ ਪੱਲੇ ਪਿਆ ਤੇ ਜੱਸੇਰ ਮਰ ਗਿਆ ਯਾਰ ਤੂੰ ਤਾਂ ਮੁਖਧਾਰਾ ਸਾਹਮਣੇ ਨਾਲ ਪ੍ਰਾਨ ਕਰਨ ਵਾਲੇ ਕਿੱਧਰ ਨੂੰ ਜਾਣ ਜਿਨ੍ਹਾਂ ਮਰਨਾ ਮਿੱਥ ਲਿਆ ਉਹਨਾਂ ਨੂੰ ਕੌਣ ਰੋਕ ਸਕਦਾ ਹੈ ਭੁਲੀਆਂ ਗੱਲਾਂ ਛੱਡੋ ਮੇਰਾ ਤਾਂ ਸਾਰਾ ਨਸ਼ਾ ਹੀ ਲੈ ਗਿਆ ਚੱਲੀਏ ਨਾ ਤੇ ਜਿਹਨੇ ਮੁੜਨ ਲਈ ਕਦਮ ਪੁੱਟ ਲਿਆ ਫਿਰ ਤੇਰੀ ਮੁਖਧਾਰਾ ਤਾਂ ਪੱਕੀ ਕਰਨੀ ਪਵੇਗੀ ਗੁਰਕੀਰਤ ਨੇ ਰਿਵਾਲਵਰ ਦੀ ਗੋਲੀ ਉਹਦੇ ਮੱਥੇ 'ਚ ਮਾਰੀ ਖਾਦੀ ਆਵਾਜ਼ ਨੇ ਚਾਨਣੀ ਕੰਬਣ ਲਾਤੀ ਪੰਛੀਆਂ ਆਲਣਿਆਂ ਚੋ ਚੀਕਾਂ ਮਾਰੀਆਂ ਨਾ ਬਾਸ਼ਾ ਉਹ ਐਸਪੀ ਜੋਸ਼ੀ ਦਾ ਬੰਦਾ ਤੁਹਾਡਾ ਬੰਦਾ ਹੜੇ ਹੋਰ ਨਾ ਮਾਰਿਓ ਉਹਦੇ ਹੱਥ ਜੁੜੇ ਸਨ ਗੱਦਾਰਾਂ ਦੀ ਮੁਖਤਾਰਾ ਇਹੀ ਹੈ ਉਸ ਇੱਕ ਹੋਰ ਗੋਲੀ ਉਹਦੀ ਹਿੱਕ ਚ ਦਾਸਦੀ ਤੇਜਾ ਸਿੰਘ ਪਹਿਲਾਂ ਲੜਖੜਾਇਆ ਡਿੱਗਿਆ ਤੜਪਦਾ ਸੇਮ ਨਾਲੇ ਚ ਜਾ ਪਿਆ ਗੁਰਕੀਰਤ ਨੇ ਹਾਦਸੇ ਦਾ ਸਾਹਮਣਾ ਕਰਨ ਦਾ ਪਹਿਲਾਂ ਹੀ ਮਨ ਬਣਾ ਲਿਆ ਸੀ